हाँ जी आ गए जी। चलो जी, बाकी नु म्यूट भी कर दो ते शुरू करिए। हेलो ठीक है जी। वाहिगुरु जी का खालसा, वाहिगुरु जी की फतेह। जिवें कि पिछले कई हफ्तों तो वीर हरजीत सिंह जी हर सोमवार की क्लास विच गुरमत विचारां दी सांझ आप जी नाल कर रहे हन, तो अज भी एक शब्द दे राही आप जी दे नाल गुरमत सिद्धांतां दी गल सांझी करनगे। तो उन्हां नूं बेनती है जी कि अपना विख्यान शुरू करन जी। वाहिगुरु जी का खालसा, वाहिगुरु जी की फतेह। वीर हरजीत सिंह जी, एक ओंकार सतनाम करता पुरख निर्भउ निर्वैर अकाल मूरत अजूनी सैभं गुर प्रसाद वाहगुरु 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 वाहिगुरु जी का खालसा, वाहिगुरु जी की फतेह। सम्मान जो जुड़ बैठे गुरु सवारियों, अज असी जो विचार विच आप जी दे नाल सांझी विचार करने हन, उदा विशा लिया है मन दे राम लिया है मोल। संसार विच अध्यात्मक दुनिया विच कदम रखन वाला, धर्म दी दुनिया विच हर व्यक्ति ये गल चाहुंदा है कि मेरा परमेश्वर नाल मिलाप हो जाए, मेरी उहदे नाल सांझ बन जाए। ये सारा उद्यम जो असीं कर रहे हाँ, गुरबाणी नूं समझण दा, विचारण दा, करन दा, ये साडा सारा उद्यम परमेश्वर नाल मिलाप दी कहानी है। मिलाप किवें होवे, किस तरह होवे, ये गल थोड़ी जी सानू समझ नहीं आ सकी। दुनिया दे विच कोई भी असी धंधा व्यापार करते हाँ, ये असी जानते हाँ कि हर चीज़ का आपो अपना मुल हुंदा है, कीमत हुंदी है। कोई सौदा पत्ता खरीदना होवे, बाजार विच जाइए, पॉकेट विच मनी पैसा लेके जाने हैं, पॉकेट विच साडे पैसा हुंदा है, असी वो पैसा लेके पैसे दे बदले से चीजा खरीद लेने हैं। बिना पैसे तो चीजा खरीदिया नहीं जा सकदियां। ते ना ही चीजा सानू मिल सकदियां हन। माफ करना जी, मैं फोन बार बार म्यूट किया पर वो पता नहीं व्हाट्सएप तो क्यों चक्कर इस तरह चल रहा है। सब मैं बेनती कर रहा सी, दुनिया दे विच हर व्यक्ति ये गल जानता है कि हरेक शै का आपो अपना मुल हुंदा है। कोई भी वस्तु लैनी होवे, खरीदनी होवे, देनी होवे,
ਉਹਦੇ ਲਈ ਮੁੱਲ ਦੇ ਕੇ ਖਰੀਦੀ ਜਾ ਸਕਦੀ ਹੈ। ਅਸੀਂ ਉਹਦਾ ਪੈਸੇ ਦਿੰਦੇ ਹਾਂ, ਮੁੱਲ ਤਾਰਦੇ ਹਾਂ, ਪੈਸਾ ਦਿੰਦੇ ਹਾਂ ਤਾਂ ਚੀਜ਼ ਜਿਹੜੀ ਮਿਲਦੀ ਹੈ, ਨਹੀਂ ਤਾਂ ਪੈਸੇ ਮਿਲ ਨਹੀਂ ਸਕਦੀ। ਉਹਦਾ ਪੈਸਾ ਤਾਰਦੇ ਹਾਂ ਤਾਂ ਮੁੱਲ ਦੇ ਕੇ ਅਸੀਂ ਚੀਜ਼ ਖਰੀਦ ਲੈਂਦੇ ਹਾਂ। ਇਹ ਇਕੱਲਾ ਵਰਤਾਰਾ ਦੁਨੀਆਂ ਵਿੱਚ ਨਹੀਂ, ਅਧਿਆਤਮਿਕ ਦੁਨੀਆਂ ਵਿੱਚ ਨਹੀਂ ਹੈ, ਇਹ ਵਰਤਾਰਾ ਸੰਸਾਰ ਦੀ ਦੁਨੀਆਂ ਵਿੱਚ ਨਹੀਂ ਹੈ, ਅਧਿਆਤਮਿਕ ਦੁਨੀਆਂ ਵਿੱਚ ਵੀ ਇਹੋ ਵਰਤਾਰਾ ਹੈ। ਇੱਥੇ ਵੀ ਕੋਈ ਚੀਜ਼ ਦੇਣੀ ਪੈਂਦੀ ਹੈ ਉਸ ਕਰਤੇ ਨਾਲ, ਉਸ ਪਰਮੇਸ਼ਰ ਨਾਲ ਮਿਲਾਪ ਕਰਨ ਦੀ ਜਦੋਂ ਗੱਲ ਕਰੀਏ ਤਾਂ ਉਹਦੇ ਬਦਲੇ ਵਿੱਚ ਕੋਈ ਚੀਜ਼ ਭੇਟ ਕਰਨੀ ਪੈਂਦੀ ਹੈ। ਜਿਵੇਂ ਸੰਸਾਰ ਵਿੱਚ ਅਸੀਂ ਕੋਈ ਵਸਤ ਲੈਣੀ ਹੈ, ਉਹਦੇ ਬਦਲੇ ਵਿੱਚ ਉਹਨਾਂ ਪੈਸਾ ਅਸੀਂ ਦੇ ਦਿੰਦੇ ਹਾਂ, ਪਰ ਦੋਨਾਂ ਦਾ ਅਧਿਆਤਮਿਕਵਾਦ ਅਤੇ ਸੰਸਾਰ ਵਿੱਚ ਫਰਕ ਹੈ। ਇੱਥੇ ਚੀਜ਼ ਰੁਪਈਏ ਪੈਸੇ ਨਾਲ ਖਰੀਦੀ ਜਾ ਸਕਦੀ ਹੈ, ਪਰ ਜੋ ਧਰਮ ਦੀ ਦੁਨੀਆ ਹੈ ਉਹ ਇਹ ਰੁਪਈਏ ਪੈਸਿਆਂ ਦੀ ਦੁਨੀਆ ਨਹੀਂ ਹੈ। ਪਰ ਅਸੀਂ ਯਤਨ ਕਰਦੇ ਹਾਂ ਕਿ ਇਹ ਰੁਪਈਆ ਪੈਸਿਆਂ ਦਾ ਸੌਦਾ ਸਾਡੀ ਧਰਮ ਦੀ ਦੁਨੀਆ ਵਿੱਚ ਵੀ ਚੱਲ ਜਾਏ, ਔਰ ਸਾਡਾ ਯਤਨ ਹੈ ਮਿਲਾਪ ਦਾ, ਲੇਕਿਨ ਸਾਡੇ ਅੰਦਰ ਇੱਕ ਭਾਵਨਾ ਹੈ ਕਿ ਸ਼ਾਇਦ ਅਸੀਂ ਪੈਸੇ ਦੇ ਬਲ 'ਤੇ ਜਾਂ ਅਸੀਂ ਤਾਕਤ ਦੇ ਬਲ 'ਤੇ ਜਾਂ ਅਸੀਂ ਆਪਣੀ ਅਮੀਰੀ ਦੇ ਬਲ 'ਤੇ ਸ਼ਾਇਦ ਧਰਮ ਨੂੰ ਖਰੀਦ ਕੇ ਆਪਣੀ ਪੋਕਿਟ ਵਿੱਚ ਪਾ ਲਈਏ। ਅੱਜ ਧਰਮ ਦੀ ਦੁਨੀਆ 'ਚ ਇਹੋ ਕੁਝ ਹੀ ਹੋ ਰਿਹਾ, ਜੋ ਕੁਝ ਅੱਜ ਵਾਪਰ ਰਿਹਾ ਹੈ ਸੰਸਾਰ ਵਿੱਚ, ਖਾਸ ਕਰਕੇ ਸਿੱਖ ਜਗਤ ਵਿੱਚ। ਦੂਜੇ ਮਤਾਂ ਵਿੱਚ ਤਾਂ ਪਹਿਲਾਂ ਹੀ ਇਹ ਗੱਲ ਚੱਲਦੀ ਸੀ, ਉੱਥੇ ਸਾਰਾ ਕੁਝ ਪੁਜਾਰੀ ਦੇ ਉੱਤੇ ਡਿਪੈਂਡੈਂਟ ਸੀ, ਪਰ ਅੱਜ ਤਕਲੀਫ ਉਦੋਂ ਹੁੰਦੀ ਹੈ ਜਦੋਂ ਸਿੱਖ ਧਰਮ, ਜਿਹਦੇ ਵਿੱਚ ਹਰ ਸਿੱਖ ਜਿਹੜਾ ਹੈ ਉਹਦੇ ਕੋਲ ਜੀਵਨ ਦਾ ਮਾਰਗ ਰਸਤਾ ਹੈ ਅਤੇ ਉਹ ਪਰਮੇਸ਼ਰ ਨਾਲ ਖੁਦ ਮਿਲ ਸਕਦਾ ਹੈ ਗੁਰੂ ਤੋਂ ਅਗਵਾਈ ਲੈ ਕੇ, ਗੁਰੂ ਦੀ ਸ਼ਰਨ ਵਿੱਚ ਪੈ ਕੇ, ਪਰ ਫਿਰ ਵੀ ਉਹਦੀ ਜ਼ਿੰਦਗੀ ਦਾ ਕੋਈ ਕਾਰਜ ਵੀ ਪੁਜਾਰੀ ਤੋਂ ਬਿਨਾਂ ਸਿਰੇ ਨਹੀਂ ਚੜ੍ਹ ਰਿਹਾ। ਅੱਜ ਅਸੀਂ ਪੁਜਾਰੀ ਦਾ ਨਾਮ ਬਦਲ ਕੇ ਭਾਵੇਂ ਉਹਨੂੰ ਭਾਈ ਸਾਹਿਬ ਰੱਖ ਦਈਏ ਅਤੇ ਭਾਵੇਂ ਉਹਨੂੰ ਹੋਰ ਕੋਈ ਨਾਮ ਨਾਲ ਪੁਕਾਰ ਲਈਏ, ਲੇਕਿਨ ਅਸਲ ਵਿੱਚ ਸਾਡੇ ਜੀਵਨ ਵਿੱਚੋਂ ਵੀ ਅਸੀਂ ਸ਼ਾਇਦ ਇਹ ਸੋਚਦੇ ਹਾਂ ਕਿ ਪੈਸੇ ਦੇ ਕੇ ਕੋਈ ਚੀਜ਼ ਖਰੀਦੀ ਜਾ ਸਕਦੀ ਹੈ, ਸ਼ਾਇਦ ਧਰਮ ਨੂੰ ਅਸੀਂ ਪੈਸੇ ਨਾਲ ਖਰੀਦਣਾ ਚਾਹੁੰਦੇ ਹਾਂ। ਕਹਾਣੀ ਇਹ ਹੈ ਨਹੀਂ ਹੈ, ਇਹ ਸੌਦਾ ਪ੍ਰੇਮ ਦਾ ਹੈ, ਇਹ ਆਤਮਕ ਸੌਦਾ ਦੀ ਚੀਜ਼ ਹੀ ਹੋਰ ਹੈ। ਦੁਨੀਆਂ ਦੇ ਵਪਾਰੀ ਨੇ ਚੀਜ਼ ਲੈਣੀ ਹੋਵੇ ਉਹਦੇ ਲਈ ਪੈਸਾ ਦੇਣਾ ਪੈਂਦਾ, ਪਰ ਅਧਿਆਤਮਕ ਮੰਡਲ ਵਿੱਚ, ਆਤਮਕ ਮੰਡਲ ਵਿੱਚ ਇਹ ਪੈਸਾ ਨਹੀਂ ਚੱਲਦਾ। ਇੱਕ ਆਦਮੀ 1,000 ਰੁਪਈਆ, 10,000 ਰੁਪਈਆ, 1,00,000 ਰੁਪਈਆ ਪਾ ਕੇ ਜੇਬ 'ਚ ਬੈਠ ਲੈ ਤੁਰ ਪਵੇ, ਉਹਦੇ ਲਈ ਉਹ ਬਾਜ਼ਾਰ ਵਿੱਚੋਂ ਸੌਦਾ ਖਰੀਦ ਸਕਦਾ ਹੈ, ਕੱਪੜਾ ਖਰੀਦ ਸਕਦਾ, ਅਨਾਜ ਖਰੀਦ ਸਕਦਾ, ਬੱਚਿਆਂ ਦੇ ਕਿਤਾਬਾਂ ਖਰੀਦ ਸਕਦਾ, ਕੰਪਿਊਟਰ ਖਰੀਦ ਸਕਦਾ, ਬੜੀਆਂ ਚੀਜ਼ਾਂ ਖਰੀਦ ਸਕਦਾ ਹੈ। ਪਰ ਜੇ ਉਹ ਬੰਦਾ ਇਹ ਪੈਸਾ ਲੈ ਕੇ ਬਾਜ਼ਾਰ ਵਿੱਚੋਂ ਸੱਤ, ਸੰਤੋਖ, ਦਇਆ, ਧਰਮ ਅਤੇ ਗਰੀਬੀ, ਨਿਮਰਤਾ ਖਰੀਦਣ ਚਲਾ ਜਾਏ, ਕੀ ਉਸਨੂੰ ਇਹ ਮਿਲ ਜਾਣਗੀਆਂ? ਸਿੱਧਾ ਜਵਾਬ ਹੈ, ਨਹੀਂ ਮਿਲ ਸਕਣਗੀਆਂ। ਇਹ ਚੀਜ਼ਾਂ ਆਤਮਕ ਸ਼ੈਅਹਾਂ ਹਨ, ਆਤਮਕ ਚੀਜ਼ਾਂ ਹਨ, ਆਤਮਕ ਵਸਤੂਆਂ ਕਦੀ ਵੀ ਰੁਪਈਆਂ ਦੇ ਬਲ ਦੇ ਉੱਤੇ ਖਰੀਦੀਆਂ ਨਹੀਂ ਜਾ ਸਕਦੀਆਂ। ਦੁਨਿਆਵੀ ਚੀਜ਼ਾਂ ਦੇ ਅਤੇ ਆਤਮਕ ਸੌਦੇ ਦੇ, ਪ੍ਰੇਮ ਦੇ ਆਪੋ ਵਿੱਚ ਸੁਭਾਅ ਨਹੀਂ ਰਲਦੇ, ਰਲ ਸਕਦੇ ਵੀ ਨਹੀਂ ਹਨ, ਔਰ ਨਾ ਹੀ ਆਪੋ 'ਚ ਵਟਾਈਆਂ ਜਾ ਸਕਦੀਆਂ ਹਨ। ਬਹੁਤ ਪਿਆਰੇ ਬੋਲ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਹਨ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਬਚਨ 1364 1365 'ਤੇ ਇੱਕ ਸਿਰਲੇਖ ਪਾਤਸ਼ਾਹ ਜੀ ਲਿਖਿਆ, ਜਿਹਦਾ ਸਿਰਲੇਖ ਹੈ ਚੋ ਬੋਲੇ। ਇਸ ਸਿਰਲੇਖ ਵਿੱਚ ਗੁਰੂ ਜੀ ਨੇ ਤਕਰੀਬਨ 11 ਇਹ ਚੋ ਬੋਲੇ ਲਿਖੇ ਹਨ, ਅਤੇ ਇੱਕ ਛੰਦ ਹੈ ਚੋ ਬੋਲੇ ਜਿਹਦੇ 'ਚ 11 ਛੰਦ ਹਨ ਟੋਟਲ, ਔਰ ਇਹਨਾਂ ਛੰਦਾਂ ਵਿੱਚ ਕਮਾਲ ਦੀ ਇੱਕ ਚੀਜ਼ ਲਿਖੀ ਹੈ
ਪਹਿਲਾ ਹੀ ਜਿਹੜਾ ਛੰਦ ਲਿਖਿਆ ਉਹਦੇ 'ਚ ਲਿਖਿਆ, ਸਮਨ ਜੋ ਇਸ ਪ੍ਰੇਮ ਕੀ ਦਮ ਕੇ ਹੋਤੀ ਸਾਟ, ਰਾਵਣ ਹੋਤੇ ਸੋ ਰੰਕ ਨੈ ਚਿੰਨ ਸਿਰ ਦੀਨੇ ਕਾਟ। ਗੱਲ ਬੜੇ ਪਿਆਰ ਦੀ ਸਮਝਣ ਵਾਲੀ ਹੈ। ਸੰਮਨ ਦਾ ਹੁੰਦਾ ਹੇ ਦਾਨੀ ਮਨੁੱਖ, ਦਾਨ ਦੇਣ ਵਾਲਾ, ਹੇ ਮਨ, ਹੇ ਮਨ ਵਾਲੇ ਬੰਦੇ, ਵੱਡੇ ਜਿਗਰੇ ਵਾਲਾ ਜਿਹਨੂੰ ਕਹਿੰਦੇ ਅਸੀਂ, ਵੱਡੇ ਦਿਲ ਵਾਲਾ, ਖੁੱਲ੍ਹੇ ਦਿਲ ਵਾਲਾ ਸੰਮਨ ਉਹਨੂੰ ਕਹਿੰਦੇ ਨੇ। ਹੇ ਖੁੱਲ੍ਹੇ ਦਿਲ ਵਾਲੇ ਦਾਨੀ ਮਨੁੱਖ, ਜਿਹੜਾ ਖਿਆਲ ਕਰ ਧਨ ਦੇ ਵੱਟੇ ਵਿੱਚ, ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਧਨ ਦੇ ਵੱਟੇ ਵਿੱਚ ਇਹ ਦਾਨੀ ਮਨੁੱਖ ਨਾਮ ਦਾ ਸੌਦਾ ਨਹੀਂ ਮਿਲ ਸਕਦਾ। ਸੰਮਨ ਜੋ ਇਸ ਪ੍ਰੇਮ ਕੀ ਦੰਭ ਕੇ ਹੋਤੀ ਸਾਟ, ਪੈਸੇ ਨਾਲ ਜੇ ਖਰੀਦਿਆ ਜਾ ਸਕਦਾ ਹੁੰਦਾ ਤਾਂ ਹਰ ਬੰਦਾ ਖਰੀਦ ਲੈਂਦਾ, ਹਰ ਬੰਦਾ ਰੱਬ ਨੂੰ ਮਿਲਦਾ, ਹਰ ਅਮੀਰ ਬੰਦਾ, ਦੌਲਤਮੰਦ ਬੰਦਾ ਰੱਬ ਦੇ ਨੇੜੇ ਹੋ ਜਾਂਦਾ। ਪਰ ਇੱਥੇ ਇਹ ਗੱਲ ਸੰਭਵ ਨਹੀਂ ਹੈ। ਇੱਥੇ ਤਾਂ ਜਿਹਨੇ ਸਿਰ ਕੱਟ ਕੇ ਰੱਖਿਆ, ਅੱਗੇ ਉਦਾਹਰਣ ਦਿੱਤੀ ਹੈ, ਇਹ ਪ੍ਰੇਮ ਦਾ ਸੌਦਾ ਉਹਨੂੰ ਮਿਲਦਾ ਜਿਹਨੇ ਆਪਣਾ ਸਿਰ ਕੱਟ ਕੇ ਗੁਰੂ ਦੇ ਅੱਗੇ ਰੱਖ ਦਿੱਤਾ ਹੋਵੇ। ਇਹ ਪ੍ਰੇਮ ਦਾ ਸੌਦਾ ਮਿਲਿਆ ਭਾਈ ਲਹਿਣੇ ਨੂੰ। ਜਦੋਂ ਉਹਨੇ, ਭਾਈ ਲਹਿਣਾ ਜੀ ਨੇ ਇਹ ਬਚਨ ਜਿਹੜੇ ਬਾਅਦ 'ਚ ਗੁਰੂ ਅੰਗਦ ਦੇ ਪਾਤਸ਼ਾਹ ਬਣ ਕੇ ਲਿਖੇ, ਜਿਹੜਾ ਸਲੋਕ ਉਚਾਰਨ ਕੀਤਾ, ਜਿਸ ਪਿਆਰੇ ਸੋ ਨੇਹ ਤਿਸ ਆਗੇ ਮਰ ਚੱਲੀਐ, ਤ੍ਰਿਗ ਜੀਵਨ ਸੰਸਾਰ ਤਾਂ ਕੇ ਪਾਛੇ ਜੀਵਨਾ। ਜਿਸ ਨਾਲ ਮੁਹੱਬਤ ਹੈ, ਸੱਚਮੁੱਚ ਹੀ ਜਿਸ ਨਾਲ ਪਿਆਰ ਹੋਵੇ, ਉਹਦੇ ਅੱਗੇ ਆਪਣੇ ਆਪ ਨੂੰ ਕੁਰਬਾਨ ਕਰ ਦੇਣਾ ਚਾਹੀਦਾ ਹੈ, ਆਪਣੇ ਆਪ ਨੂੰ ਵੇਚ ਦੇਣਾ ਚਾਹੀਦਾ ਹੈ। ਤਿਸ ਆਗੇ ਮਰ ਚੱਲੀਐ, ਆਪਣੇ ਆਪ ਨੂੰ ਕੁਰਬਾਨ ਕਰ ਦੇਣਾ ਚਾਹੀਦਾ ਹੈ, ਵੇਚ ਦੇਣਾ ਚਾਹੀਦਾ ਹੈ। ਤ੍ਰਿਗ ਜੀਵਨ ਸੰਸਾਰ, ਫਿਟਕਾਰ ਹੈ ਅਸੀਂ ਜ਼ਿੰਦਗੀ ਨੂੰ, ਜਿਹੜਾ ਉਸ ਤੋਂ ਮੂੰਹ ਮੋੜ ਕੇ ਜੀਆ ਜਾਏ। ਸਤਿਗੁਰੂ ਜੀ ਨੇ ਵੀ ਗੱਲ ਕਹੀ, ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰਨ ਜੀਵੇ ਕੋਏ, ਜੇ ਜੀਵੇ ਪਤ ਲੱਥੀ ਜਾਏ, ਸਭ ਹਰਾਮ ਜੇਤਾ ਕਿਛ ਖਾਏ। ਤੋ ਜਿਹਦੇ ਅੰਦਰ ਪ੍ਰੇਮ ਦਾ ਸੱਟ ਹੈ, ਜਿਹਨੂੰ ਮਿਲਣ ਦੀ ਤਾਂਘ ਹੈ, ਉਹਦੇ ਲਈ ਉਹੀ ਸੌਦਾ ਦੇਣਾ ਪਵੇਗਾ ਜਿਹੜਾ ਸੌਦਾ ਉਸ ਕਰਤਾਰ ਦੇ ਘਰ ਵਿੱਚ ਪ੍ਰਵਾਨ ਹੁੰਦਾ ਹੈ। ਰੁਪਈਆਂ ਦੇ ਬਦਲੇ ਵਿੱਚ ਕੋਈ ਬੰਦਾ ਸਤ ਸੰਤੋਖ ਤੇ ਦਇਆ ਧਰਮ ਆਦਿ ਖਰੀਦਣ ਚਲਾ ਜਾਏ ਤਾਂ ਫਿਰ ਗਿਆਨਵਾਨ ਮਨੁੱਖ ਕੋਈ ਹੋਵੇ ਤਾਂ ਉਹਨੂੰ ਜ਼ਰੂਰ ਇਹ ਮਤ ਦੇਵੇਗਾ, ਭਾਈ ਇਹ ਗੁਣ ਖਰੀਦੇ ਨਹੀਂ ਜਾਂਦੇ, ਕਮਾਏ ਜਾਂਦੇ ਹਨ। ਇਹ ਗੁਣ ਖਰੀਦੇ ਨਹੀਂ ਜਾਂਦੇ, ਇਹ ਕਮਾਏ ਜਾਂਦੇ ਹਨ। ਇਹ ਆਤਮਕ ਪਦਾਰਥ ਸੋਨੇ ਤੋਲ ਕੇ ਵੀ ਨਹੀਂ ਮਿਲਦਾ, ਸੋਨੇ ਦੇ ਵੱਟੇ 'ਚ ਆਪਣੇ ਆਪ ਨੂੰ ਤੋਲ ਕੇ ਰੱਖ ਦਈਏ ਤਾਂ ਵੀ ਨਹੀਂ ਮਿਲਦਾ। ਇਹਨੂੰ ਖਰੀਦਣ ਲਈ ਕੁਝ ਹੋਰ ਮੁੱਲ ਤਾਰਨਾ ਪੈਂਦਾ ਹੈ, ਰੁਪਏ ਦੀ ਥਾਂ 'ਤੇ ਆਪਾਂ ਆਪ ਦੇਣਾ ਪੈਂਦਾ ਹੈ, ਆਪਾਂ ਵਾਰਨਾ ਪੈਂਦਾ ਹੈ। ਇੱਥੇ ਸਵਾਰਥ ਛੱਡਣਾ ਪੈਂਦਾ ਹੈ, ਲਾਲਚ ਛੱਡਣਾ ਪੈਂਦਾ ਹੈ। ਜਿੰਨਾ ਸਵਾਰਥ, ਜਿੰਨਾ ਲਾਲਚ ਅਸੀਂ ਛੱਡਦੇ ਜਾਵਾਂਗੇ, ਉਨਾ ਹੀ ਧਰਮ, ਉਨਾ ਹੀ ਗਿਆਨ, ਉਨਾ ਹੀ ਆਤਮਕ ਆਨੰਦ ਸਾਨੂੰ ਮਿਲਦਾ ਚਲਾ ਜਾਏਗਾ, ਉਨਾ ਹੀ ਆਤਮਕ ਆਨੰਦ ਦੇ ਹੁਲਾਰੇ ਅਸੀਂ ਲੈਂਦੇ ਜਾਵਾਂਗੇ। ਮਿਲੇਗਾ ਵੀ ਉਸ ਜ਼ਰੂਰ, ਇਹ ਨਹੀਂ ਕਿਤੇ ਆਸ ਨਾਲ ਇਹ ਨਾ ਸੋਚਣਾ ਵੀ ਨਹੀਂ ਮਿਲੇਗਾ, ਜ਼ਰੂਰ ਮਿਲੇਗਾ, ਉਸੇ ਵੇਲੇ ਮਿਲਦਾ ਹੈ। ਅੰਦਰਲੀ ਸੋਚ ਬਦਲਦੀ ਹੈ, ਅੰਦਰ ਹੁਲਾਰੇ ਆਉਂਦੇ ਹਨ, ਦੁਨੀਆਂ ਦੇ ਸੁੱਖ ਫਿਰ ਛੋਟੇ ਜਿਹੇ ਲੱਗਣ ਲੱਗ ਪੈਂਦੇ ਹਨ। ਧਨ ਦੇ ਵੱਟੇ ਆਤਮਕ ਜੀਵਨ, ਧਨ ਦੇ ਬਦਲੇ ਪ੍ਰਭੂ ਦਾ ਪਿਆਰ ਖਰੀਦਣ ਵਾਲੇ ਜਿਹੜੇ ਲੋਕ ਹਨ, ਉਹਨਾਂ ਨੂੰ ਕਬੀਰ ਜੀ ਸਮਝਾਉਂਦੇ ਹਨ। ਭਗਤ ਜਬੀਰ ਜੀ ਕਹਿੰਦੇ, ਬਈ ਭਾਈ ਦੇਖ, ਕੰਚਨ ਸਿਉਂ ਪਾਈਏ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ, ਅਬ ਮੋਹੇ ਰਾਮ ਆਪਣਾ ਕਰ ਜਾਣਿਆ, ਸਹਿਜ ਸੁਭਾਏ ਮੇਰਾ ਮਨ ਮਾਨਿਆ। ਗੋੜੀ, ਕਬੀਰ ਜੀ ਦਾ ਸ਼ਬਦ ਹੈ ਗੋੜੀ ਰਾਗ ਵਿੱਚ, 327 ਅੰਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ। ਕਹਿੰਦੇ ਨੇ, ਰੱਬ ਨੂੰ ਖਰੀਦਣ ਲਈ ਕੰਚਨ ਸਿਉਂ ਪਾਈਏ ਨਹੀਂ ਤੋਲ, ਉਹ ਭੋਲਿਆ
ਉਹ ਜਗਿਆਸੂ ਆ, ਉਹ ਧਰਮ ਦੀ ਦੁਨੀਆ ਤੇ ਕਦਮ ਰੱਖਣ ਵਾਲੇ। ਇਹ ਗੱਲ ਸਮਝ ਲਈ ਕਿ ਇਹ ਪ੍ਰੇਮ ਦਾ ਸੌਦਾ ਸੋਨਾ ਦੇ ਸੋਨੇ ਨਾਲ ਨਹੀਂ ਮਿਲਦਾ। ਆਪਣੇ ਬਰਾਬਰ ਦਾ ਸੋਨਾ ਤੋਲ ਕੇ ਰੱਖ ਦਈਏ ਤਾਂ ਵੀ ਇਹ ਪ੍ਰੇਮ ਦਾ ਸੌਦਾ ਨਹੀਂ ਖਰੀਦਿਆ ਜਾ ਸਕਦਾ। ਭਗਤ ਜੀ ਕਿਵੇਂ ਮਿਲਦਾ ਹੈ? ਕਹਿੰਦੇ ਨੇ ਇਹ ਸੌਦਾ ਮਿਲਦਾ ਹੈ ਮਨ ਦੇ, ਰਾਮ ਲਿਆ ਹੈ ਮੋਲ। ਕਹਿੰਦੇ ਜਿਹਨੇ ਆਪਣਾ ਭਾਵ ਦੂਰ ਕਰਕੇ ਇਹ ਮਨ ਗੁਰੂ ਨੂੰ ਦੇ ਦਿੱਤਾ, ਉਹਨੇ ਸਮਝੋ ਮੁੱਲ ਤਾਰ ਕੇ ਰੱਬ ਨੂੰ ਖਰੀਦ ਲਿਆ, ਰੱਬ ਨੂੰ ਮੁੱਲ ਲੈ ਲਿਆ। ਹੈ ਤਾਂ ਮਹਿੰਗਾ ਹੈ ਸੌਦਾ, ਮਹਿੰਗਾ ਹੈ। ਗੱਲ ਸਮਝਣ ਦੀ ਲੋੜ ਹੈ। ਪ੍ਰੇਮ ਦੀ ਦੁਨੀਆ ਵਿੱਚ ਸੌਦਾ ਖਰੀਦਣਾ ਹੋਵੇ ਤਾਂ ਫਿਰ ਮਨ ਦੇਣਾ ਪੈਂਦਾ ਹੈ। ਜਦੋਂ ਮਨ ਦੇ ਦੇਵੇ ਫਿਰ ਇਹਨੂੰ ਰੱਬ ਆਪਣਾ ਲੱਗਣ ਲੱਗ ਪੈਂਦਾ ਹੈ, ਫਿਰ ਰੱਬ ਆਪਣਾ ਲੱਗਦਾ ਹੈ, ਫਿਰ ਪਿਆਰਾ ਲੱਗਦਾ ਹੈ, ਸੋਹਣਾ ਲੱਗਦਾ ਹੈ। ਇਤਿਹਾਸ ਦੀ ਇੱਕ ਗਾਥਾ ਬੜੀ ਖੂਬਸੂਰਤ ਆਉਂਦੀ ਹੈ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜੀਵਨ ਕਾਲ ਨਾਲ ਸੰਬੰਧਿਤ ਗਾਥਾ ਹੈ। ਸਤਿਗੁਰੂ ਚਮਕੌਰ ਸਾਹਿਬ ਦੇ ਵਿੱਚ ਪਰਿਵਾਰ ਦੇ ਬੱਚਿਆਂ ਦੇ ਸ਼ਹੀਦ ਹੋਣ ਤੋਂ ਬਾਅਦ ਸਾਹਿਬਜ਼ਾਦੇ ਸ਼ਹੀਦ ਹੋਏ, ਸਿੱਖ ਸ਼ਹੀਦ ਹੋਏ, ਕਲਗੀਧਰ ਪਾਤਸ਼ਾਹ, ਉਸ ਤੋਂ ਬਾਅਦ ਮੁਕਤਸਰ ਸਾਹਿਬ, ਮੁਕਤਸਰ ਦਾ ਜੰਗ ਹੋਇਆ। ਮੁਕਤਸਰ ਦੇ ਜੰਗ ਤੋਂ ਬਾਅਦ ਤਲਵੰਡੀ ਸਾਬੋ, ਜਿਹਨੂੰ ਅੱਜ ਕੱਲ੍ਹ ਅਸੀਂ ਦਮਦਮਾ ਸਾਹਿਬ ਆਖਦੇ ਹਾਂ, ਇੱਥੇ ਕੁਝ ਸਮੇਂ ਲਈ ਟਿਕੇ ਹਨ। ਤਲਵੰਡੀ ਦਾ ਚੌਧਰੀ ਭਾਈ ਡੱਲਾ ਹੈ, ਬੜਾ ਅਮੀਰ, ਬੜਾ ਧਨਾੜ ਔਰ ਬੜਾ ਪ੍ਰਸਿੱਧ ਸੀ ਆਪਣੇ ਇਲਾਕੇ ਵਿੱਚ, ਚੌਧਰੀ ਸੀ। ਇਹਨੇ ਬੜੇ ਪਿਆਰ ਸਤਿਕਾਰ ਨਾਲ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸੇਵਾ ਕੀਤੀ। ਸਰਹੰਦ ਦੇ ਸੂਬੇ ਵਜ਼ੀਰ ਖਾਂ ਨੇ ਜੋ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਕੇ ਅੱਤ ਦਰਜੇ ਦਾ ਨੀਵਾਂ ਕਰਮ ਕਰ ਚੁੱਕਾ ਸੀ, ਉਹ ਸਤਿਗੁਰੂ ਦੀ ਜਾਨ ਦਾ ਵੈਰੀ ਬਣਿਆ ਹੋਇਆ ਸੀ। ਵਜ਼ੀਰ ਖਾਂ ਨੇ ਚੌਧਰੀ ਡੱਲੇ ਨੂੰ ਵਜ਼ੀਰ ਖਾਂ ਨੇ ਚੌਧਰੀ ਡੱਲੇ ਡੱਲੇ ਨੂੰ ਕਈ ਡਰਾਵੇ ਭੇਜੇ ਕਿ ਮੁਗਲ ਬਾਦਸ਼ਾਹ ਦੇ ਬਾਗੀ ਗੁਰੂ ਗੋਬਿੰਦ ਸਿੰਘ ਨੂੰ ਸਾਡੇ ਹਵਾਲੇ ਕਰ ਦਿਓ, ਪਰ ਚੌਧਰੀ ਡੱਲਾ ਆਪਣੇ ਸਿਦਕ ਵਿੱਚ ਟਿਕਿਆ ਰਿਹਾ, ਸਿਦਕ ਨਹੀਂ ਹਾਰਿਆ। ਤਲਵੰਡੀ ਤੋਂ ਸਰਹੰਦ ਕੋਈ ਬਹੁਤੀ ਦੂਰ ਨਹੀਂ ਹੈ, ਬੜੀ ਮੁਸ਼ਕਲ ਨਾਲ 150 ਕਿਲੋਮੀਟਰ ਦੇ ਕਰੀਬ, 200 ਕਿਲੋਮੀਟਰ ਦੇ ਕਰੀਬ ਹੋਵੇਗਾ। ਪਰ ਚੌਧਰੀ ਡੱਲੇ ਨੂੰ ਪਤਾ ਸੀ ਕਿ ਇਹ ਸਰਹੰਦ ਦਾ ਸੂਬੇਦਾਰ ਮੇਰੇ ਤੇ ਹਮਲਾ ਵੀ ਕਰ ਸਕਦਾ ਹੈ, ਪਰ ਚੌਧਰੀ ਡੱਲੇ ਨੇ ਆਪਣੀ ਜਾਇਦਾਦ, ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਹੋਇਆ, ਆਪਣੀ ਇੱਜ਼ਤ ਦੀ ਵੀ ਪਰਵਾਹ ਨਾ ਕਰਦਿਆਂ ਹੋਇਆ ਗੁਰੂ ਪਾਤਸ਼ਾਹ ਦੀ ਸੇਵਾ ਕਰਨ ਤੋਂ ਆਪਣਾ ਚਿੱਤ ਨਹੀਂ ਮੋੜਿਆ। ਇੱਕ ਦਿਨ ਚੌਧਰੀ ਡੱਲੇ ਦੀ ਸੇਵਾ ਤੋਂ ਗੁਰੂ ਜੀ ਪ੍ਰਸੰਨ ਹੋਏ ਅਤੇ ਆਖਿਆ, ਚੌਧਰੀ ਡੱਲੇ ਤੂੰ ਬੜੀ ਸੇਵਾ ਕੀਤੀ ਹੈ, ਕੋਈ ਮਨ ਦੀ ਆਪਣੀ ਖਾਹਿਸ਼ ਦੱਸ ਜੋ ਗੁਰੂ ਨਾਨਕ ਪਾਤਸ਼ਾਹ ਦੇ ਦਰ ਤੋਂ ਲੈ ਕੇ ਤੇਰੇ ਲਈ ਅਰਦਾਸ ਕਰੀਏ। ਡੱਲੇ ਨੇ ਹੱਥ ਜੋੜ ਕੇ ਬੇਨਤੀ ਕੀਤੀ, ਪਾਤਸ਼ਾਹ ਦੁਨੀਆਂ ਦਾ ਰਾਜ ਭਾਗ ਪਰਿਵਾਰ ਸਭ ਕੁਝ ਮਿਲਿਆ ਹੋਇਆ ਹੈ, ਜੇ ਤਰੁੱਠੇ ਹੀ ਹੋ, ਕਿਰਪਾ ਦੇ ਘਰ 'ਚ ਆਈ ਹੋ, ਮੇਹਰ ਕਰਨੀ ਲੱਗੇ ਹੋ ਤਾਂ ਰਹਿਮਤ ਕਰੋ, ਮੈਨੂੰ ਆਪਣੇ ਚਰਨਾਂ ਵਿੱਚ ਪੀੜ੍ਹੀ ਜਿੰਨੀ ਥਾਂ ਬਖਸ਼ ਦਿਓ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਡੱਲੇ ਦੀ ਮੰਗ ਪੂਰੀ ਕਰਨ ਤੋਂ ਕੋਰੀ ਨਾ ਕਰ ਦਿੱਤੀ। ਕਹਿਣ ਲੱਗੇ, ਭਾਈ ਡੱਲਿਆ, ਤੂੰ ਸੇਵਾ ਵਿੱਚ ਦੁਨੀਆਂ ਭੇਟਾ ਕੀਤੀ ਹੈ ਅਤੇ ਡੱਲਿਆ, ਦੁਨੀਆਂ ਦੇ ਵੱਟੇ ਦੁਨੀਆਂ ਹੀ ਦਿੱਤੀ ਜਾ ਸਕਦੀ ਹੈ, ਗੁਰੂ ਦੇ ਨੇੜੇ ਹੋਣ ਲਈ ਸਰੀਰਕ ਨੇੜਤਾ ਕੁਝ ਨਹੀਂ ਸਵਾਰ ਸਕਦੀ, ਗੁਰੂ ਦੇ ਨੇੜੇ ਹੋਣ ਲਈ ਤਾਂ ਗੁਰੂ ਨੂੰ ਆਪਣਾ ਸਭ ਕੁਝ ਦੇਣਾ ਪੈਂਦਾ ਹੈ। ਡੱਲਿਆ, ਤੂੰ ਗੁਰੂ ਵਾਲਾ ਨਹੀਂ ਬਣਿਆ, ਤੂੰ ਤਨ ਮਨ ਧਨ ਦੀ ਸੌਂਪਣਾ ਗੁਰੂ ਨੂੰ ਕਰ, ਗੁਰੂ ਵਾਲਾ ਬਣ ਕੇ। ਭਾਈ ਡੱਲੇ ਨੇ ਇਤਿਹਾਸ ਲਿਖਦਾ ਹੈ,
कि सब कुछ त्याग के गुरु पातशाह कोलों अमृत की दात जड़ी सी लई। गुरबाणी विच भी श्री राखी वार विच एक बचन आउंदा है भी गुरु की नेड़ता केवल दुनियावी पदार्थां नाल नहीं हुंदी, गुरु की नेड़ता मन भेटा करन नाल हुंदी है। गुरसभा एव ना पाई है, ना नेड़े ना दूर, नानक सतगुर तां मिले जा मन रहे हदूर। गुरु तां मिलदा जे मन उहदी हजूरी विच होवे। गुरु गल्लां नाल नहीं मिलदा, गुरु दुनियावी गल चीजां नाल नहीं मिलदा। दुनिया दा भेट करन नूं बड़ा कुछ रख के बैठी है, इत्थे मन दी भेटा चलदी है। ये बाजार अलग है, ये सौदा अलग है, ये प्रेम दा सौदा मन भेटा करके मिलदा है। जदों तक मन दा भेटा नहीं कीती जांदी, मन बाहर मुखी है, मन अंतर मुखी नहीं हुंदा, मन बाहरले संस्कारां ते प्रभाव थल्लों नहीं निकलता, जब तक लुकाई दी प्रवाह करता है उदों तक यह ननकार दे नेड़े नहीं हो सकता। इस वास्ते इत्थे मन नूं कुर्बानी करनी पैंदी है, लोकाचारी छड़नी पैंदी है। लोकी की कहणगे जी, लोकां दे नज़रां च की होवेगा, इस लोकाचारी नाल मन रब दे नेड़े नहीं हो सकता। जब तक साढ़े अंदर लोकाचारी है तद तक असीं निरंकारी नहीं बन सकते, निरंकार दे मार्ग ते नहीं तुर सकते। लोकाचारी तो उपर उठना पैंदा है। तो ये लोकाचारी की जिहड़ी चीज़ साढ़े अंदर है ये मन की खेड़ है। गुरु पातशाह जी ने सानू ये गल समझाई है बार बार भी ये सौदा जिहड़ा है ये देने लई मन भेठा करना पवेगा। आम तौर पर असीं देखते हाँ कोई कंजूस व्यक्ति होवे उहनूं धन नाल बड़ा प्यार हुंदा है, जोड़ जोड़ के संभ भी जांदा है। जे उसनूं दुनिया के सुख आराम जिहड़े हन उह इह सोचदा है इहदी भी की लोड़ है, बस पैसा जमा करके रखो, हथों धन छड़ना पएगा, मेरा घट जाएगा। बिल्कुल इस तरह ही निंदिया करन ते सुनन दा चस्का भी बहुत वड्डा हुंदा है। निंदिया करन दा सुनन ते करन दा जिहड़ा चस्का बड़ा वड्डा हुंदा है बड़ा मिठा। पराया धन पराया रूप स्वार्थी मनुख नूं बहुत खिच पाउंदा है, पर जब तक मनुख पर धन ते पराई निंदा दे चस्के छड्डण नूं तैयार नहीं हुंदा, आत्मक आनंद देने वाले गुण कदी भी विहाजे नहीं जा सकते। ख्याल करना, फिर दुहरा रहा गल, जब तक पर धन पराई निंदा ये चस्के छड्डण नूं असीं तैयार नहीं हुंदे, तद तक असीं आत्मक आनंद लैण वाले पासे नूं तुर नहीं सकते। ये गुण हैं जो खरीदने पैंदे हैं। गुणा का वटांदरा रुपया नाल हो नहीं सकता, औगुणा नाल जे असीं करदे हाँ गुण औगुणा के बदले विच लैने पैंदे हैं, औगुण छड्डने पैंदे ने, गुण लैने पैंदे हैं। तो जो गुण लवेंगे फिर गल बनेगी। सतगुरु गुरु अमरदास महाराज जी एक बचन लिखते बडहंस राग विच, गुरमुख सब व्यापार भला जो सहजे कीजे राम, अंदन नाम वखाणिए लाहा हर रस पीजे राम, लाहा हर रस लीजे हर रवीजे अंदन नाम वखाणे, गुण संग्रह अवगुण विकणे आपे आप पछाणे। संग्रह दा हुंदा कट्ठे करना, विकणे दा हुंदा वेच देने, त्याग देने। गुण औगुणा दे बदले विच औगुण वेच दे, गुण कट्ठे कर ला। जदों गुण कट्ठे हो जाणगे फिर आत्मक जीवन दा सौदा असीं खरीद सकदे हाँ। देखो असीं व्यापार करदे दुनिया दे विच देखदे हाँ, दुनिया च व्यापारी की करदा, हट्टी वाला की करदा, दुकानदार की करदा, रुपया लैंदा लैके सौदा वेच दिंदा, फिर वो रुपये नूं कदी अपने कोल जमा करके नहीं रखता।
ਸਿਆਣੇ ਵਪਾਰੀ ਉਹੀ ਹੁੰਦੇ ਨੇ ਜੋ ਉਹ ਰੁਪਈਏ ਨਾਲ ਅਗਾਂਹ ਹੋਰ ਮਾਲ ਖਰੀਦ ਲੈਂਦੇ ਨੇ, ਹੋਰ ਸੌਦਾ ਖਰੀਦ ਕੇ ਲੈ ਆਉਂਦੇ ਹਨ। ਵਪਾਰ ਦਾ ਅਸਲੀ ਮਕਸਦ ਪੈਸਾ ਜੋੜਨਾ ਨਹੀਂ ਹੈ। ਵਪਾਰ ਨੇ ਤਾਂ ਹੋਰ ਵਾਧਾ ਤਾਂ ਕਰਨਾ ਜੋ ਪੈਸੇ ਨੂੰ ਅੱਗੇ ਇਨਵੈਸਟ ਕਰਦੇ ਜਾਈਏ। ਤਾਂ ਜੇ ਇਨਵੈਸਟ ਨਹੀਂ ਕਰਦੇ ਤਾਂ ਫਿਰ ਵਪਾਰ ਉੱਥੇ ਦਾ ਉੱਥੇ ਹੀ ਖੜਾ ਰਹਿੰਦਾ ਹੈ। ਰੁਪਈਏ ਨੂੰ ਇਸ ਢੰਗ ਨਾਲ ਵਰਤਣਾ ਜਿਹੜਾ ਹੈ ਇਹ ਵਪਾਰੀ ਦੀ ਚੀਜ਼, ਇਹ ਵਪਾਰੀ ਦੀ ਇੱਕ ਸਿਫਤ ਹੈ। ਜਿਹੜਾ ਚੰਗਾ ਵਪਾਰੀ ਹੈ ਉਹਨੂੰ ਇਹ ਰੁਪਈਆ ਵਰਤਣ ਦੀ ਜਾਂਚ ਆਉਂਦੀ ਹੈ, ਕਿਵੇਂ ਵਰਤੀਦਾ ਹੈ। ਹੁਣ ਇੱਥੇ ਆਤਮਿਕ ਜੀਵਨ ਵਿੱਚ ਵੀ ਜ਼ਰਾ ਇਹਨਾਂ ਨੂੰ ਵਰਤ ਕੇ ਦੇਖੀਏ, ਇਸੇ ਫਾਰਮੂਲੇ ਨੂੰ। ਜਦੋਂ ਕੋਈ ਮਨੁੱਖ ਸਤ, ਸੰਤੋਖ, ਦਇਆ, ਧਰਮ, ਸੇਵਾ ਕਿਸੇ ਨੂੰ ਦਿੰਦਾ ਹੈ, ਵੰਡਦਾ ਹੈ, ਤਾਂ ਉਹਦੇ ਬਦਲੇ ਵਿੱਚ ਉਹਨੂੰ ਆਨੰਦ ਮਿਲਦਾ ਹੈ। ਇਸ ਆਤਮਕ ਅਵਸਥਾ ਦੀ ਹੋਰ ਉੱਚੀ ਹੁੰਦੀ ਜਾਂਦੀ ਹੈ। ਇਹਦਾ ਮਤਲਬ ਇਹ ਹੈ ਧਰਮ ਦੀ ਦੁਨੀਆ ਵਿੱਚ ਮਨੁੱਖ ਨੇ ਗੁਣਾਂ ਨੂੰ ਆਪਣੇ ਤੱਕ ਸੀਮਿਤ ਨਹੀਂ ਰੱਖਣਾ, ਪਰਮੇਸ਼ਰ ਦੀ ਖੁਸ਼ੀ ਲੈਣ ਲਈ, ਰੱਬ ਦੀ ਨੇੜੇ ਹੋਣ ਦੇ ਲਈ ਇਹਨਾਂ ਗੁਣਾਂ ਨੂੰ ਵੰਡਣਾ ਵੀ ਹੈ। ਜੇ ਗੁਣ ਸਾਡੇ ਕੋਲ ਕੋਈ ਹੈ ਤਾਂ ਗੁਣਾਂ ਨੂੰ ਵੰਡਣਾ ਚਾਹੀਦਾ ਹੈ। ਸਤਿਗੁਰੂ ਜੀ ਨੇ ਗੁਰੂ ਸੁਖਮਨੀ ਦੀ ਬਾਣੀ ਵਿੱਚ ਇਸੇ ਕਰਕੇ ਲਿਖਿਆ, ਆਪ ਦਿੜੈ ਅਵਰੈ ਨਾਮ ਜਪਾਵੈ, ਨਾਨਕ ਉਹ ਵੈਸ਼ਨੋ ਪਰਮ ਗਤ ਪਾਵੈ। ਜਿਹੜਾ ਆਪ ਦ੍ਰਿੜ ਕਰਦਾ ਹੈ ਤੇ ਹੋਰਨਾਂ ਨੂੰ ਇਸ ਪਾਸੇ ਤੇ ਤੋਰਦਾ ਹੈ, ਅਸਲ ਚ ਉਹ ਵੈਸ਼ਨੋ ਉੱਚੀ ਆਤਮਕ ਅਵਸਥਾ ਨੂੰ ਪ੍ਰਾਪਤ ਕਰ ਲੈਂਦਾ ਹੈ। ਪਰ ਜੇ ਇਹ ਖੁਸ਼ੀ ਜਿਹੜੀ ਕਿਸੇ ਗੁਰਮੁਖ ਨੂੰ ਆਤਮਕ ਖੁਸ਼ੀ ਮਿਲਦੀ ਹੈ, ਉਹ ਆਪਣੇ ਕੋਲ ਕੋਈ ਘੁੱਟ ਕੇ ਰੱਖ ਲਵੇ ਤਾਂ ਉਹ ਰੱਬ ਦੀ ਨੇੜਤਾ ਹਾਸਲ ਨਹੀਂ ਕਰ ਸਕਦਾ। ਇਹ ਦਾਤ ਸਤਸੰਗੀਆਂ 'ਚ ਵੰਡਣੀ ਪੈਂਦੀ ਹੈ, ਦੂਜੇ ਨੂੰ ਸਮਝਾਉਣਾ ਪੈਂਦਾ ਹੈ, ਦੱਸਣਾ ਪੈਂਦਾ ਹੈ। ਇਹਦੇ ਬਦਲੇ ਵਿੱਚ ਸਾਨੂੰ ਹੋਰ ਕੁਝ ਮਿਲਦਾ ਹੈ। ਬੜਾ ਪਿਆਰਾ ਬੋਲ ਗੁਰੂ ਨਾਨਕ ਸਾਹਿਬ ਜੀ ਲਿਖਦੇ ਸੂਹੀ ਰਾਗ ਵਿੱਚ, ਗੁਣਾ ਕਾ ਹੋਵੇ ਵਾਸਲਾ ਕਡ ਵਾਸ ਲੀਜੈ, ਜੇ ਗੁਣ ਹੋਵਨ ਸਾਜਨਾ ਮਿਲ ਸਾਂਝ ਕਰੀਜੈ, ਸਾਂਝ ਕਰੀਜੈ ਗੁਣਾ ਕੇਰੀ ਛੋੜ ਅਵਗਣ ਚੱਲੀਐ, ਪਹਿਰੇ ਪਟੰਬਰ ਕਰ ਅਡੰਬਰ ਆਪਣਾ ਪਿੜ ਮੱਲੀਐ, ਜਿੱਥੇ ਜਾਏ ਬਹੀਏ ਭਲਾ ਕਹੀਐ, ਝੋਲ ਅੰਮ੍ਰਿਤ ਪੀਜੈ, ਗੁਣਾ ਕਾ ਹੋਵੇ ਵਾਸਲਾ ਕਡ ਵਾਸ ਲਈਜੈ। ਇਹ ਸੁਗੰਧੀ ਹੈ ਗੁਣਾਂ ਦੀ। ਜਿਉਂ ਜਿਉਂ ਇਹ ਵੜਦੇ ਜਾਵਾਂਗੇ, ਗੁਣਾਂ ਦੀ ਸਾਂਝ ਵੱਧਦੀ ਜਾਵੇਗੀ, ਆਤਮਿਕ ਸੌਦਾ ਮਿਲਦਾ ਜਾਵੇਗਾ, ਤਿਵੇਂ ਤਿਵੇਂ ਸਤ, ਸੰਤੋਖ, ਦਇਆ, ਧਰਮ, ਪਿਆਰ ਇਹ ਅਵਸਥਾ ਹੋਰ ਵੱਧਦੀਆਂ ਜਾਣਗੀਆਂ। ਗੁਣ ਮੁੱਕ ਅਵਗੁਣ ਮੁੱਕਦੇ ਜਾਣਗੇ, ਗੁਣ ਅੰਦਰ ਆਉਂਦੇ ਜਾਣਗੇ। ਬਸ ਇਹੋ ਹੀ ਖਜ਼ਾਨਾ ਹੈ ਜਿਹੜਾ ਗੁਰੂ ਪਾਤਸ਼ਾਹ ਜੀ ਨੇ ਸਾਨੂੰ ਦੁਨੀਆਂ ਨੂੰ ਵੰਡਣ ਲਈ ਕਿਹਾ ਹੈ। ਪਰ ਖਿਆਲ ਇਹ ਹੈ, ਇਹ ਖਜ਼ਾਨਾ ਮਿਲਦਾ ਕਿਵੇਂ ਹੈ? ਇਹ ਖਜ਼ਾਨਾ ਮਿਲਦਾ ਹੈ ਕੰਚਨ ਸਿਉਂ ਪਾਈਏ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ। ਇਹ ਮਿਲਦਾ ਹੈ ਆਪਣਾ ਮਨ ਗੁਰੂ ਦੇ ਹਵਾਲੇ ਕਰਕੇ। ਇਹ ਤਨ ਮਨ ਧਨ ਸਭ ਸੋਮ ਗੁਰ ਕੋ ਹੁਕਮ ਮੰਨਿਆ ਪਾਈਏ ਦਾ ਫਾਰਮੂਲਾ। ਇਹ ਉਹਦੇ ਨਾਲ ਨੇੜਤਾ ਹੈ, ਇਸ ਪ੍ਰੀਤਮ ਦੇ ਨਾਲ ਨੇੜਤਾ ਹੈ, ਉਸ ਪਿਆਰੇ ਨਾਲ ਸਾਡੀ ਨੇੜਤਾ ਹੈ। ਫਿਰ ਇਹ ਮਿਲਦਾ ਹੈ ਗੁਣਾਂ ਦੇ ਸਾਂਝ ਨੂੰ ਹੋਰ ਪੀੜਾ ਕਰਦਿਆਂ ਹੋਇਆਂ। ਫਿਰ ਇਹ ਵੀ ਗੁਣਾਂ ਦੀ ਗੰਢ ਨਹੀਂ ਮਾਰਨੀ, ਇਹ ਗੁਣਾਂ ਦੀ ਗੰਠੜੀ ਨੂੰ ਖਿਲਾਰਨਾ ਹੈ। ਔਗਣ ਵਿੱਚ ਦੇਣੇ ਹਨ, ਗੁਣ ਵਿਹਾਜਣੇ ਹਨ। ਜਿਵੇਂ ਜਿਵੇਂ ਇਹ ਦੁਨੀਆਂ ਦੇ ਅਸੀਂ ਔਗਣ ਛੱਡਦੇ ਜਾਵਾਂਗੇ, ਗੁਣ ਧਾਰਨ ਕਰਦੇ ਜਾਵਾਂਗੇ, ਗੁਣਾਂ ਨਾਲ ਸਾਡੀ ਸਾਂਝ ਪੈਂਦੀ ਜਾਵੇਗੀ, ਤਿਵੇਂ ਤਿਵੇਂ ਸਾਡੇ ਅੰਦਰ ਹਮਦਰਦੀ, ਮਿੱਠਾ ਸੁਭਾਅ, ਮਿੱਠ ਬੋਲਣ ਦੀ ਜਾਚ, ਪਿਆਰ, ਇਹ ਗੁਣ ਜਿਹੜੇ ਅੰਦਰ ਆ ਜਾਣਗੇ। ਪਰ ਜੇ ਅਸੀਂ ਇਹਨਾਂ ਦੀ ਗੰਢ ਮਾਰ ਕੇ ਬੈਠ ਜਾਈਏ, ਫਿਰ ਇਹ ਵਧਣ ਦੀ ਥਾਂ 'ਤੇ ਅੰਦਰ ਰੁੱਖਾਪਨ, ਫਿਰ ਵਖਰੇਵਾਂ, ਕੋਰਾ ਕੋਰਾਪਨ। ਅਸੀਂ ਦੇਖਦੇ ਹਾਂ ਧਰਮ ਦੀ ਦੁਨੀਆ ਵਿੱਚ ਆਪਣੇ ਆਪ ਨੂੰ ਧਰਮੀ ਸਮਝਣ ਵਾਲੇ ਬੜ ਕਿੰਨਾ ਖੋਰਾ ਕੋਰਾਪਨ ਉਹਨਾਂ ਦੇ ਜੀਵਨ ਵਿੱਚ ਹੁੰਦਾ ਹੈ।
किसी दूजे के हथों प्रशादा छकन को तैयार नहीं होंगे, गुरुद्वारा साहब तो देख लैन लई भी तैयार नहीं होंगे। क्यों? अंदर कूरापन है, अंदर खरवापन है। ये भुलेखा है उन्हों का, एक विच ऐसा भुलेखा बन गया भी साढ़े अगर गुण हैं बाकी साढ़े तो सब छोटे हैं, साढ़े सब तो थले हैं। दरअसल ये धर्म नहीं, ये परमेश्वर नूं मिलन दा साधन नहीं सी, इहदे नाल तां होर दूरी बनती जाती है। ये उहो हाल होया दुनिया तो डरदे हुए, दुनिया तो बचदे हुए पहाड़ां ते जंगलां दीआं गुहां विच जा बैठे सन लोग। मन उहनां दे पत्थर हो गए, पत्थरां दीआं गुफावां विच रह के। सतगुरु नानक देव पातशाह जी ने अजिहे लोके जिहड़े भुल्लण हो चुके सन, है तां आत्मक वंजारे सन पर समझ नहीं सी आउंदी करना की है। ये खालक की खलकत तो मूँह मोड़ के हिमालिया दीआं पर्वतां दे विच दूर दुराडे गुफावां विच जा बैठे सन, श्री वालां नूं कष्ट दे दे के अपने वालों आत्मक दौलत नूं कट्ठी करके अंदर सांभी बैठे सन। जिस धरती विच लोग जम्मे पले उहनां लई बगानी हो गई, उह धरती इहनां नूं इक वैरी वांगू नज़र आउण लग पई। जिस खलकत विचों ये खेड़दे रहे वह खलकत इन्हां नूं अज दुश्मन नज़र आउण लग पई। दुखियां दा दर्द वंडण आए सतगुरु गुरु नानक देव पातशाह जी उन्हां पहाड़ां दी उचाइयां ते जा पहुंचे, उन्हां नूं जाके जीवन का मार्ग दसन लई। हैरान हो गए जदों उन्हां नूं देखिया, हैं एक गृहस्थी इन्नी उचाइयां ते पहुँच गया। तो पूजा पूछया कि सी सिद्ध पुछण सुन बालिया, कौन शक्त तो इत्थे ले आई, कि शक्ति तेनों लै लै के आई है? हो जपया परमेशरो भाओ भगत संघ ताड़ी लाई। कहिंदे मैं भगती नाल सुरत जुड़ी है, प्रेम नाल जुड़ी है, तो जपया परमेशर का नाम है। तो भगत जी नूं गुरु साहब जी ने इन्हां उच्चियां उचाइयां ते बैठण वालियां ने जदों उन्हां ने पुछया इस प्रजा का की हाल है, तो सतगुरु ने तुसीं की लैणा प्रजा तों, तुसीं तां देह छड के आ गए, संसार तक आ गए। पर हैरानी की गल सी अपने मुल्क की तरसयोग हालत देख के सुन के भी इन्हां दा दिल नहीं पंगरिया, ना ही इन्हां दिल विच कोई मुहब्बत नाम की चीज़ पैदा हुई, ना ही इन्हां दे किसी की हमदर्दी पैदा हुई, क्योंकि कोरापन उन्हां दे अंदर बहुत बुरी तरह जाके फस चुका सी, जम चुका सी। पर्वतां दीआं उचाइयां दे सुंदर रमणीक नज़ारे छड के दुखियां दे दर्द वंडे नूं उन्हां दा दिल ही नहीं सी करदा वी असीं जाके दुखियां दे दर्द वंडीए, मनुखता दा भला कर लईए। तो ये रब दे नेड़े होण लई एक गुण यह भी होना जरूरी है कि साडे अंदर संसार दे लई हमदर्दी होवे, लोड़वंद दी सहायता करन दा चाओ होवे, साडे मन विच हमेशा निम्रता बनी रहे और साडा जिहड़ा मन है कूरापन नहीं मिठास ते उस परमेश्वर दी बंदगी दे रस नाल सरूर नाल भरिया होया होवे, ये जरूरी चीज़ है। सतगुरु जी ने सगों उल्टा उन्होंने गुरु नानक पातशाह नूं भरमाउण दा बड़ा जतन किया, पर भाई गुरदास जी ने जिहड़ा लिखिया कहिंदे गल मैं इन संखेप विच, क्यों आप सारिया ने कहानी सुनी हुई है हीरे जवाहरात उन्होंने एक अगे ढेरियां लातियां, सिर्फ इको गल करनी चाहुंदा उत्थे किसी निर्णा की किया शब्द जीती सिद्ध मंडली कि तुस अपना पंथ निराला, भी शब्द सिद्ध गुरु नानक पातशाह ने शब्द नाल उस सिद्ध मंडली के उत्ते जित प्राप्त कर ली, भाव जिन्हां दे अंदर हमदर्दी है, क्योंकि गुरु नानक दुखियां दे दुख दूर करने लई संसार भी तुरे सन। हुण आपां दुनिया नूं वेखदे हां, साडे दुनिया देशां विच साडी धरती उत्ते कई धर्म हन, वख वख इन्हां दे चिन्ह हन, वख वख इन्हां दीआं रस्मां रीतां हन, वख वख इन्हां दीआं मर्यादा हन। धार्मिक धरती दे बंदे आपो च एक दूजे नफरत दे बीज विच बीजे गए हन, धर्म दे नां ते वंडियां पै गईआं हन, जबकि धर्म मुहब्बत सिखाउंदा है, वंडियां नहीं सिखाउंदा। दया
नीयत चंगी नीयत साफ होवे, हमदर्दी होवे, विश्वास होवे, शांति होवे, प्यार होवे, तरस होवे, ये गुण हैं जिहड़े आत्मक मंडी में चलते हैं। ये गुण आत्मक मंडी में गुण चलते हैं। ये गुण साड़ी आत्मा की खुराक है, ये साड़े अंदर की खुराक है। इन्हां गुणां नाल साड़ी जिंद नूं खुराक मिलती है। साड़ी जिवें असीं शरीर नूं खुराक दिंदे आ, साड़ी जिंद नूं भी खुराक मिलती है। जे शरीर का खुराक भोजन है तो साड़े आत्मा की खुराक भजन है, बंदगी है। इहदे चों मेर तेर ईर्ष्या कठोर चित जिहड़े निर्दयता इस अवगुण त्यागने पैणगे रब दे नेड़े होण दे लई, परमेश्वर दे नेड़े कबूल होण दे लई सानू अपनी जिंदगी चों चीज़ां छड्डणियां पैणगियां। बस जिन्नी देर तक असी खोट निंदिया मेर तेर दी ये जिन्ना ये अवगुण छड़दे जावांगे उन्ना ही आत्मक गुणा का भोजन जिहड़ा है साड़ी जिंद नूं मिलना शुरू हो जाएगा, साड़ी जिंद नूं उन्नी आत्मक खुराक मिलनी शुरू हो जाएगी। पर जन्मां जन्मांतरां की कट्ठी कीती हुई दौलत अवगुणा की एक दिन च नहीं मुक जाती, इहनूं समां लगता है। इत्थे सबर की जरूरत है, इत्थे सबर की लोड़ है, इत्थे भरोसे की लोड़ है, इत्थे विश्वास की लोड़ है। इस धर्म की दुनिया के विच कालापन नहीं चलता भी अज असी जपजी का पाठ किया तो कल असी रब नाल मिल लईए, ये नहीं हो सकता। यह मार्ग बड़े सहज का है, यह मार्ग बड़े सबर का है। जदों ये सबर आ जाता है फिर सानू समझ आ जाती है असी संसार च आए की करन हाँ। जदों सानू ये गल समझ आ गई संसार च आए की करन हाँ, फिर साडा धर्म जिहड़ा है, साडा मन जिहड़ा है उस पासे नू तुरदा है। भगत कबीर जी ने एक राम की राग में शब्द लिखा है, कवन काज सिरजे जग भीतर, जन्म कवन फल पाया। भी कद लई आया, की करना आया, भावनी तरन तारन चिंतामन एक निमख ना ये मन लाया। तू आया की करन सी, जे तू ये खुराक ही नहीं खानी, जे भोजन ही नहीं खाना, जे तू इसे चेती नहीं जोड़ना, तू आया की करना है। कहते गोबिंद हम ऐसे अपराधी, जिन प्रभ जियो पिंड था दिया, तिसका भाव भगत नहीं साधी। जिन्हें सानू शरीर दिता असी उन्हें याद ही नहीं किया। एक गल समझ कदों आती है, जदों जदों असी अवगुण हथां चों छड़दे हाँ। जब तक साढ़े अंदर अवगुण हैं उदों तक सानू एक गल समझ भी नहीं आती। एक होर बड़ी कहानी सानू याद रखने वाली जिहड़ी गल है भी असी आत्मक दुनिया विच कई बारी अजिहियां गल्लां वापरदियां हन जिहड़ियां हैरान कर देने वाली होंदियां हन। जदों किते दाते दी मालक दी मेहर हुंदी है, कोई ऐसी झलक वजदी है, जन्मां दे किट्ठे होए सुभाअ दी पूंजी उहदी थां ते रब्बी झलक दे नज़ारे जदों आउंदे ने, इकदम चेंज आ जांदी है, इंसान अंदरों बदल जांदा है। कहिंदे ने फलाणा कल तक तां करदा सी, अज बदल क्यों गया? जदों रब ने रहमत कीती, बख्शिश कीती, जदों वो आत्मक इत झलक बजी अंदर का नज़ारा दिसया होएगा, मन अंतरमुखी होया होगा, उन्हें देखा यदा आनंद की है, झट सौदा खरीदने तैयार हो गया। कूड़ दियाँ कंधा ढह गई, फिर कूड़ दियाँ कंधा ढह जाए, पहले बारे सारे जोड़े वितकरे फिके लगन लग पे, हैरान हो जाते हैं किड़ी करामात हुई, कि भाणा वरत गया, निंदिया निंदिया साड़ा काम क्रोध लोभ मोह हंकार ये जगत अखाड़े विचों निकलना कोई सौखी बात है नहीं सी। पर किवें ये सूरमे ने बाजी जित ली, किवें जन्म का अखाड़ा जित जिंदगी का अखाड़ा जित लिया, इस रणभूमि विचों किदां बच के निकल गया। इत्थे तो बड़ी तिलकन बाजी है, अंदरों चस्के फिर दोबारा फुट पैंदे ने, अंदरों होर चस्के आके खड़े हो जाते हैं, अंदरों होर भावना खड़िया हो जाएं ने। थोड़ा जहा विसलापन हो जाए, अब थोड़ी जी ढिलता हो जाए भी चलो कोई नहीं, हुण सानू आ ही गया, हुण सवेरे उठ के की लैना, हुण आपां ना भी नितनेम कीता तो की फर्क पैंदा, एक दिन रह भी गया तो की फर्क पैंदा। ये गल जिहड़ी आत्मक दुनिया दे विच बड़ी वड्डी रुकावट है, जिहड़ी उस दे नेड़े होण विच साडे ते रुकावट खड़ी हो जाती है। भगत रविदास जी ने यह खतरा सानू साडे सामने रखिया बाणी दे राहीं, वी इस खतरे तो सचेत किवें रहना है। कहते हैं चित सिमरन करूं नैन अवलोकनो,
ਸਰਵਣ ਬਾਣੀ ਸੁਜਸ ਪੂਰ ਰਾਖੂ, ਜਿਹੜੀ ਅਖੀਰ ਤੇ ਜਾ ਕੇ ਗੱਲ ਕਹਿੰਦੇ ਨਾ, ਕਹਿੰਦੇ ਨੇ ਮੇਰੀ ਪ੍ਰੀਤ ਗੋਬਿੰਦ ਸਿਉ ਜਿਨ ਘਟੇ, ਮੈਂ ਤੋਂ ਮੋਲ ਮਹਿੰਗੀ ਲਈ ਜੀ ਸਟੇ। ਇਹ ਰਹਾਉ ਦਾ ਅੰਕ ਹੈ ਸ਼ਬਦ ਦਾ। ਕਹਿੰਦੇ ਕਿਤੇ ਮੇਰੀ ਪ੍ਰੀਤ ਗੋਬਿੰਦ ਨਾਲ ਘੱਟ ਨਾ ਜਾਏ, ਮੈਂ ਤਾਂ ਆਪਣਾ ਜੀ ਦੇ ਕੇ ਆਪਣੀ ਜਿੰਦ ਦੇ ਕੇ ਉਹਦੇ ਕੋਲ ਪ੍ਰੀਤ ਖਰੀਦੀ ਹੈ। ਤੇ ਜਿਹੜੀ ਜਿੰਦ ਦੇਣ ਦੀ ਗੱਲ ਹੈ, ਬੜੀ ਜ਼ਰੂਰੀ ਗੱਲ ਹੈ। ਤੇ ਸਾਰੀ ਗੱਲਬਾਤ ਜਿਹੜੀ ਆਪਾਂ ਕਰਦੇ ਹਾਂ, ਇਹਦੇ 'ਚ ਸਾਨੂੰ ਇਹ ਗੱਲ ਸਮਝ ਆਉਂਦੀ ਹੈ ਕਿ ਪਰਮੇਸ਼ਰ ਦੇ ਜਾਂ ਮੁੱਖ ਦੀ ਗੱਲ ਆਪਾਂ ਇਹ ਗੱਲ ਕਰੀਏ ਕਿ ਆਤਮਕ ਗੁਣਾਂ ਦਾ ਸੌਦਾ ਸਾਧ ਸੰਗਤ ਦੀ ਹੱਟੀ ਤੋਂ ਹੀ ਖਰੀਦਿਆ ਜਾ ਸਕਦਾ ਹੈ। ਇਸ ਸੌਦੇ ਨੂੰ ਲੁੱਟੇ ਜਾਣ ਤੋਂ ਬਚਾਉਣ ਲਈ ਨਿੱਤ ਸਤ ਸੰਗਤ ਕਰਨੀ ਪੈਂਦੀ ਹੈ। ਜੀਵ ਨਾਲ ਆਤਮਕ ਗੁਣਾਂ ਦੇ ਸੋਮੇ ਪਰਮੇਸ਼ਰ ਨੂੰ ਯਾਦ ਕਰਨਾ ਪੈਂਦਾ ਹੈ। ਅੱਖਾਂ ਨਾਲ ਉਹਨੂੰ ਹਰ ਵੇਲੇ ਵੇਖਣਾ ਪੈਂਦਾ ਹੈ, ਕੋਈ ਮਾੜਾ ਨਾ ਦਿਸੇ, ਕੋਈ ਵੈਰੀ ਨਾ ਦਿਸੇ, ਕੋਈ ਵਿਰੋਧ ਦੀ ਭਾਵਨਾ ਅੰਦਰ ਨਾ ਹੋਵੇ, ਕਿਸੇ ਨਾਲ ਠੱਗੀ ਫਰੇਬ ਨਾ ਕਰੀਏ, ਸਭ ਦਾ ਭਲਾ ਕਰੀਏ, ਕੋਈ ਗਰੀਬੀ ਅਤੇ ਅਨਪੜ੍ਹਤਾ ਵਿੱਚ ਰੁਲਦਾ ਹੋਇਆ ਹੋਵੇ ਤਾਂ ਉਹਦੀ ਮਦਦ ਕਰਨੀ ਹੋਵੇ, ਕਿਸੇ ਦੀ ਨਿੰਦਿਆ ਕੰਨਾਂ ਦੇ ਨੇੜੇ ਨਾ ਆਉਣ ਦਈਏ। ਇਹ ਕੁਛ ਗੱਲ ਐਸੇ ਗੁਣ ਹਨ ਜਿਹੜੇ ਸਾਨੂੰ ਧਾਰਨ ਕਰਨੇ ਪੈਣਗੇ। ਤੋ ਇਸ ਧਾ ਗੁਣਾਂ ਦੇ ਵਿੱਚੋਂ ਹੀ ਸਾਡੀ ਉਹਦੇ ਨਾਲ ਨੇੜਤਾ ਜਿਹੜੀ ਹੈ ਉਹ ਹੋ ਸਕਦੀ ਹੈ। ਤੋ ਗੱਲ ਸਪਸ਼ਟ ਇਹ ਹੋ ਗਈ ਕਿ ਇਹ ਸੌਦਾ ਕੇਵਲ ਗੱਲਾਂ ਦਾ ਨਹੀਂ ਹੈ, ਇਹ ਲਗਾਤਾਰ ਮਿਹਨਤ ਦਾ ਸੌਦਾ ਹੈ। ਔਰ ਇਹ ਸੌਦਾ ਕੇਵਲ ਦੁਨੀਆਂ ਦੇ ਧਨ ਦੌਲਤ ਪਦਾਰਥਾਂ ਨਾਲ ਨਹੀਂ ਮਿਲ ਸਕਦਾ, ਇਹ ਸੌਦਾ ਮਿਲਦਾ ਹੈ ਪਰਮੇਸ਼ਰ ਦੀ ਮਿਹਰ ਸਦਕਾ, ਪਰ ਆਪਣੇ ਮਨ ਦੀ ਭੇਟਾ ਉਹਨੂੰ ਦੇਣ ਦੇ ਨਾਲ। ਜਦੋਂ ਅਸੀਂ ਮਨ ਭੇਟਾ ਕਰ ਦਿੱਤਾ, ਮਨ ਵੇ ਵੇਚੇ ਸਤਿਗੁਰ ਕੇ ਪਾਸ ਤੇ ਸਿਵ ਕੇ ਕਾਰਜ ਰਾਸ, ਫਿਰ ਕਾਰਜ ਰਾਸ ਜਿਹੜਾ ਜ਼ਿੰਦਗੀ ਦਾ ਕਾਰਜ ਰਾਸ ਦਾ ਮਤਲਬ ਇਹ ਨਹੀਂ ਦੁਨੀਆਂ ਵਿੱਚ ਸਾਨੂੰ ਵਪਾਰ ਚੱਲ ਪਏਗਾ, ਸਾਡੀ ਹੱਟੀ ਚੱਲ ਜਾਏਗੀ, ਉਹ ਅਲੱਗ ਇਸ਼ੂ ਹੈ। ਲੇਕਿਨ ਜਦੋਂ ਇਹ ਸੌਦਾ ਮਨ ਸਤਿਗੁਰ ਦੇ ਪਾਸ ਵਿੱਚ ਹੈ, ਫਿਰ ਸਾਡੀ ਜ਼ਿੰਦਗੀ ਦੀ ਇਸ ਹੱਟੀ ਦੇ ਵਿੱਚ ਕਾਮਯਾਬੀ ਜਿਹੜੀ ਸੀ ਉਹ ਸ਼ੁਰੂ ਹੋ ਗਈ। ਤੋ ਜ਼ਿੰਦਗੀ ਦੀ ਹੱਟੀ ਵਿੱਚ ਕਾਮਯਾਬੀ ਲੈਣ ਦੇ ਲਈ, ਇਹ ਜੀਵਨ ਦੀ ਜਿਹੜੀ ਹੱਟੀ ਹੈ ਇਹਦੇ ਵਿੱਚ ਸਾਨੂੰ ਇਹ ਗੱਲ ਯਾਦ ਰੱਖਣ ਦੀ ਲੋੜ ਹੈ, ਕੰਚਨ ਸਿਉਂ ਪਾਈਏ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ, ਅਬ ਮੋਹੇ ਰਾਮ ਆਪਣਾ ਕਰ ਜਾਣਿਆ, ਸਹਿਜ ਸੁਭਾਏ ਮੇਰਾ ਮਨ ਮਾਨਿਆ, ਬ੍ਰਹਮੈ ਕਥ ਕਥ ਅੰਤ ਨਾ ਪਾਇਆ, ਰਾਮ ਭਗਤ ਬੈਠੇ ਘਰ ਆਇਆ, ਕਹੋ ਕਬੀਰ ਚੰਚਲ ਮਤ ਤਿਆਗੀ, ਕੇਵਲ ਰਾਮ ਭਗਤ ਨਿਜ ਭਾਗੀ। ਚੰਚਲ ਮਤ, ਮਨ ਦੀ ਚਲਾਕੀ, ਮਨ ਦੀ ਹੁਸ਼ਿਆਰੀ, ਮਨ ਦੀ ਸਿਆਣਪ, ਮਨ ਦੀਆਂ ਚਤੁਰਾਈਆਂ ਦੇ ਨਾਲ ਇਹ ਸੌਦਾ ਨਹੀਂ ਖਰੀਦਿਆ ਜਾ ਸਕਦਾ। ਅਸੀਂ ਖਰੀਦਣਾ ਚਾਹੁੰਦੇ ਹਾਂ ਪੈਸੇ ਦੇ ਬਲ 'ਤੇ, ਅਸੀਂ ਖਰੀਦਣਾ ਚਾਹੁੰਦੇ ਹਾਂ ਅਖੰਡ ਪਾਠ ਦਾ ਮੁੱਲ ਤਾਰ ਕੇ, ਅਸੀਂ ਖਰੀਦਣਾ ਚਾਹੁੰਦੇ ਹਾਂ ਲੰਗਰ ਦਾ ਵੱਡੇ ਦਾਨ ਦੇ ਕੇ, ਲੰਗਰ ਲਈ ਵੱਡੇ ਵੱਡੇ ਲੰਗਰ ਲਵਾ ਕੇ, ਅਸੀਂ ਖਰੀਦਣਾ ਚਾਹੁੰਦੇ ਹਾਂ ਪੱਥਰ ਦੀਆਂ ਸੀਲਾਂ ਲਵਾ ਕੇ, ਅਸੀਂ ਇਹ ਸੌਦਾ ਖਰੀਦਣਾ ਚਾਹੁੰਦੇ ਹਾਂ ਉੱਚਾ ਨਿਸ਼ਾਨ ਸਾਹਿਬ ਚੜ੍ਹਾ ਕੇ, ਅਸੀਂ ਉਹਦਾ ਚੋਲਾ ਬਦਲ ਕੇ, ਅਸੀਂ ਖਰੀਦਣਾ ਚਾਹੁੰਦੇ ਹਾਂ ਸਿਰਫ ਰੁਮਾਲੇ ਭੇਟ ਕਰਕੇ, ਇਉਂ ਇਹ ਸੌਦਾ ਨਹੀਂ ਖਰੀਦਿਆ ਜਾ ਸਕਦਾ। ਇਹ ਤਾਂ ਆਤਮਕ ਸੌਦਾ ਹੈ, ਇਹਦੇ ਲਈ ਆਤਮਾ ਹੀ ਦੀ ਖੁਰਾਕ ਹੀ ਭੇਟ ਕਰਨੀ ਪੈਂਦੀ ਹੈ। ਅਤੇ ਇਸ ਆਤਮਕ ਸੌਦੇ ਨੂੰ ਖਰੀਦਣ ਦੇ ਲਈ ਇੱਕੋ ਇੱਕ ਢੰਗ ਹੈ, ਉਹ ਹੈ ਮਨ ਦੇ ਰਾਮ ਲਿਆ ਹੈ ਮੋਲ। ਫਿਰ ਜਦੋਂ ਇਹ ਗੱਲ ਹੋ ਜਾਂਦੀ ਹੈ, ਫਿਰ ਇਹ ਬੰਦਾ ਕਹਿ ਉੱਠਦਾ ਹੈ ਗੁਰੂ ਨਾਨਕ ਪਾਤਸ਼ਾਹ ਦੇ ਨਾਲ ਰਲ ਕੇ, ਮੁੱਲ ਖਰੀਦੀ ਲਾਲਾ ਗੋਲਾ, ਮੇਰਾ ਨਾਉਂ ਸੁਭਾਗਾ, ਗੁਰ ਕੀ ਬਚਨੀ ਹਾਟ ਵਿਕਾਨਾ, ਜਿਤ ਲਾਇਆ ਤਿਤ ਲਾਗਾ, ਤੇਰੇ ਲਾਲੇ ਕਿਆ ਚੁਤਰਾਈ, ਸਾਹਿਬ ਕਾ ਹੁਕਮ ਨਾ ਕਰਨਾ ਜਾਈ, ਮਾਂ ਲਾਲੀ ਪਿਓ ਲਾਲਾ ਮੇਰਾ, ਹੋ ਲਾਲੇ ਕਾ ਜਾਇਆ, ਲਾਲੀ ਨਾਚੇ ਲਾਲਾ ਗਾਵੇ, ਭਗਤ ਤਰੂੰ ਭਗਤ ਕਰੂੰ ਤੇਰੀ ਰਾਹਾ। ਇਹੋ ਹੀ ਅਹਿਸਾਸ ਜਾਗੇ ਸਨ ਭਾਈ ਦਿਆ ਰਾਮ ਅਤੇ ਉਹਨਾਂ ਦੇ ਚਾਰ ਸਾਥੀਆਂ ਦੇ ਮਨਾਂ ਵਿੱਚ, ਜਦੋਂ ਦਸ਼ਮੇਸ਼ ਦੀ ਚਮਕਦੀ ਹੋਈ ਸ਼ਮਸ਼ੀਰ ਦੇ ਅੱਗੇ ਆਪਣੀ ਗਰਦਨਾ ਝੁਕਾ ਕੇ ਕਿਹਾ ਸੀ, ਪਾਤਸ਼ਾਹ ਜੀ ਅਸੀਂ ਤਾਂ ਹੁਕਮ ਰਜਾਈ ਚੱਲਣ ਦੀ ਜਾਤ ਸਿੱਖ ਰਹੇ ਹਾਂ, ਇਹ ਸੀਸ ਆਪ ਜੀ ਦਾ ਹੈ, ਇਹ ਤਨ ਵੀ ਆਪ ਜੀ ਦਾ ਹੈ, ਇਹ ਮਨ ਵੀ ਆਪ ਜੀ ਦਾ ਹੈ, ਇਹ ਧਨ ਵੀ ਆਪ ਜੀ ਦਾ ਹੈ, ਅਸੀਂ ਆਪਣੇ ਕੋਲੋਂ ਕੁਝ ਦੇ ਨਹੀਂ ਰਹੇ। ਅਸੀਂ ਤਾਂ ਇਹੋ ਹੀ ਗੱਲ ਕਹਿ ਸਕਦੇ ਹਾਂ, ਕਬੀਰ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕੁਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੇ ਮੇਰਾ। ਜਦੋਂ ਇਹ ਭਾਵ ਜਾਗਣਗੇ ਉਦੋਂ ਅਧਿਆਤਮਿਕ ਦੁਨੀਆਂ ਵਿੱਚ ਤਰੱਕੀ ਅਤੇ ਪਰਮੇਸ਼ੁਰ ਦੀ ਨੇੜਤਾ, ਅੰਦਰ ਆਨੰਦ, ਖੇੜਾ ਅਤੇ ਖੁਸ਼ੀਆਂ ਦੇ ਦੀਵੇ ਬਲ ਉੱਠਣਗੇ। ਜੀਵਨ ਸਾਡਾ ਮਹਿਕ ਜਾਏਗਾ ਉਹਦੀ ਖੁਸ਼ਬੂ ਦੇ ਨਾਲ, ਜਿਹੜੀ ਨਾਮ ਦੀ ਖੁਸ਼ਬੂ ਹੈ। ਪਰ ਇਹਦੇ ਲਈ ਲਗਾਤਾਰ ਮਿਹਨਤ ਦੀ ਲੋੜ ਹੈ, ਇਹ ਨਹੀਂ
रोज़ नितनेम करन दा की फायदा, रोज़ पाठ करन दा इको पाठ करन दा की फायदा, असी अमृत वेले उठन दा की लाभ, जदों मर्जी उठ जाओ उही अमृत वेला है। यह सिर्फ टुचरबाजी है जो असी अपने आप नूं गलत जिहा हौसला देख के सिख ली। जो गुरु ने पूरने पाए हैं वह है गुरसिख मीत, चलो गुर चाली, जो गुर कहे सोई पल मानो हर हर कथा निराली। सतगुर कृपा करन ते गुरु के मार्ग से चलन की जात सानू आ के असी मन सतगुरु नूं भेटा कर दईए, तदकि जीवन का साडा भी कार जिहड़ा रास हो जाए जी। भुल चुक दी खिमा प्यार सत फतेह बुलाओ। वाहिगुरू जी का खालसा, वाहिगुरू जी की फतेह।